viewers ब्रेक के बाद ਤੁਹਾਡਾ ਸਵਾਗਤ ਹੈ ਲੀਡਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਵੀਰ ਅਮਨਜੀਤ ਸਿੰਘ ਜਿੱਦੀ ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਮੇਰੀ ਹੱਟ ਬੀਤੀ ਇਹ ਲਿਖਦੇ ਹਨ ਪਿਆਰੇ ਡਾਕਟਰ ਅਮਜੀਤ ਸਿੰਘ ਜੀ ਤੇ ਟੀਵੀ 84 ਦੀ ਸਾਰੀ ਟੀਮ ਨੂੰ ਗੁਰਫਤ ਤੇ ਪਿਤਾ ਸਮਾਨ ਸਿੰਘ ਸਾਹਿਬ ਜੀ ਉਹ ਮੈਂ ਆਪ ਜੀ ਨੂੰ ਆਪਣਾ ਸਭ ਕੁਝ ਸਮਝਦਾ ਹਾਂ ਤੁਸੀਂ ਸਾਡੇ ਸਿੱਖ ਬੱਚਿਆਂ ਦੇ ਪਿਤਾ ਸਮਾਨ ਹੋ ਤੇ ਇੱਕ ਪਿਤਾ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਮਾਰਗਦਰਸ਼ਨ ਕਰਨ ਪ੍ਰਾਨਾਂ ਤੋਂ ਪਿਆਰੇ ਪਿਤਾ ਜੀ ਸਾਨੂੰ ਦੱਸੋ ਅਸੀਂ ਕਿਹੜੇ ਖੂਹ ਵਿੱਚ ਪੈ ਜਾਈਏ ਅਸੀਂ ਕਿੱਥੇ ਡੁੱਬ ਮਰੀਏ ਸਾਨੂੰ ਦੱਸੋ ਜੀ ਕੋਈ ਐਸਾ ਖੂਹ ਜਿਸ ਵਿੱਚ ਅਸੀਂ ਡੁੱਬ ਮਰੀਏ ਕਿੱਧਰ ਨੂੰ ਜਾਈਏ ਕੋਣ ਹੈ ਸਾਡਾ ਵਲੀਵਾਰ ਅਕਾਲ ਤਖਤ ਵਿਕ ਗਿਆ ਐਸਜੀਪੀਸੀ ਵਿਕ ਗਏ ਸਿੱਖ ਕੁੱਤਿਆਂ ਵਾਂਗ ਲੜ ਰਹੇ ਹਨ ਅਮਰੀਕਾ ਤੇ ਇੰਗਲੈਂਡ ਦੇ ਸਿੱਖ ਦਾਅਵੇ ਕਰਦੇ ਹਨ ਕਿ ਇਹ ਕੀਤਾ ਉਹ ਕੀਤਾ ਅੱਜ ਤੱਕ ਅਸੀਂ ਇੱਕ ਨਹੀਂ ਹੋ ਸਕੇ ਸਭ ਤੋਂ ਵੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਝਗੜੇ ਇੰਗਲੈਂਡ ਤੇ ਉਸ ਵਿੱਚ ਹੁੰਦੇ ਹਨ ਪਿਤਾ ਜੀ ਇਹ ਕੀ ਹੈ ਮੈਂ ਜ਼ਸਬਾਤੀ ਜ਼ਰੂਰ ਹਾਂ ਪਰ ਬੇਕੂਫ ਨਹੀਂ ਉੜਦੇ ਪੰਛੀ ਦੇ ਪਰ ਗਿਣ ਸਕਦਾ ਹਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਬਾਦਲ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਮਰਵਾਉਣ ਦੀ ਖੇਡ ਖੇਡਣ ਲੱਗਾ ਹੈ ਸਿੱਖੋ ਬਚ ਜਾਓ ਪਰ ਮਜ਼ਹਬ ਇਹ ਬੋਥ ਹੀ ਸੰਵੇਦਾ ਚੀਜ਼ ਹੈ ਜਿਸ ਬਾਰੇ ਮੈਂ ਕੁਝ ਕਹਾਂ ਤਾਂ ਦਿਲ ਡੁੱਬ ਡੁੱਬ ਜਾਂਦਾ ਹੈ ਡਾਕਟਰ ਸਾਹਿਬ ਬਾਦਲ ਹੁਣ ਆਪਣੇ ਮੁੰਡੇ ਸੁਖਬੀਰ ਨੂੰ ਸੀਐਮ ਬਣਾਉਣ ਵਾਸਤੇ ਇੱਕ ਚਾਲ ਚੱਲ ਰਿਹਾ ਹੈ ਸਾਰੇ ਸਿੱਖਾਂ ਨੂੰ ਅਪੀਲ ਹੈ ਕਿ ਇਸ ਤੋਂ ਬਚੋ प्यारे पिता समान डॉक्टर साहब जी जो फिलिस्तीन ਵਿੱਚ ਹੋ ਰਿਹਾ ਹੈ ਜੋ ਮਲੇਸ਼ੀਆ 에어ਲਾਈਨ ਦੇ ਜਹਾਜ਼ ਦਾ ਹਾਦਸਾ ਹੋਇਆ ਮੇਰੇ ਦਿਲ ਮੇਰਾ ਦਿਲ ਟੁੱਟ ਗਿਆ ਇਨਸਾਨੀਅਤ ਦਾ ਕਾਣ ਮੇਰੇ ਕੋਲੋਂ ਦੇਖਿਆ ਨਹੀਂ ਜਾਂਦਾ ਕਿ ਅਸੀਂ ਇਨੋਸੈਂਟ ਫਲਸਤੀਨੀਆ ਵਾਸਤੇ ਕੁਝ ਨਹੀਂ ਕਰ ਸਕਦੇ ਇੱਕ ਹਾ ਦਾ ਨਾਰਾ ਵੀ ਨਹੀਂ ਮਾਰ ਸਕਦੇ ਸਿੱਖ ਤਾਂ ਬਣਿਆ ਹੀ ਇਸ ਲਈ ਹੋਇਆ ਹੈ ਜਿੱਥੇ ਵੀ ਜ਼ੁਲਮ ਹੋਵੇ ਉਸ ਦਾ ਵਿਰੋਧ ਕਰੀਏ ਡਾਕਟਰ ਸਾਹਿਬ ਜੀ ਮੇਰੀ ਉਮਰ ਮੇਰੀ ਜ਼ਿੰਦਗੀ ਵੀ ਅਕਾਲ ਪੁਰਖ ਆਪ ਜੀ ਨੂੰ ਲਾ ਦਵੇ ਆਪ ਜੀ ਦਾ ਆਪ ਜੀ ਸਦਾ ਹੀ ਚੜ੍ਹਦੀ ਕਲਾ ਚ ਰਹੋ ਜੀ ਡਾਕਟਰ ਸਾਹਿਬ ਵੀਰ ਅਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਮੇਰੀ ਹੱਡ ਬੀਤੀ ਦੇ ਨਾਂ ਥੱਲੇ ਬੜੀ ਭਾਵਕ ਔਰ ਦਰਦ ਨਾਲ ਭਰੀ ਹੋਈ ਜਿਹੜੀ ਹੈ ਲਿਖਤ ਲਖੀਏ ਜੀ ਮੈਂ ਵੀ ਇਸ ਨੂੰ ਪਹਿਲਾਂ ਵੀ ਜਦੋਂ ਨਾਲ ਹੀ ਕੁਝ ਦਿਨ ਹੋ ਗਏ ਨੇ ਤਮੈਨੂੰ ਇਹ ਲੱਗਦਾ ਸੀ ਕਿ ਸੱਚਮੁੱਚ ਹੀ ਜਿੰਨਾ ਦਰਦ ਇਹ ਬੇਟਾ ਰੱਖਦਾ ਮੇਰੇ ਲਈ ਤਾਂ ਮੈਂ ਤਾਂ ਹਮੇਸ਼ਾ ਪਰਾ ਜਾਂ ਪੈਣ ਕਹਿ ਕੇ ਸੰਬੋਧਨ ਕਰਦਾ ਹਾਂ ਪਰ ਉਹਨਾਂ ਨੇ ਰਿਪੀਟਿਡਲੀ ਲਾਈਕ ਫਾਦਰ ਐਡਰੈਸ ਕੀਤਾ ਹੈ ਸੋ ਮੈਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਉਹਨਾਂ ਨੂੰ ਬੇਟਾ ਹੀ ਸੰਬੋਧਨ ਕਰਾਂਗਾ ਜੀ ਜੀ ਅ ਦੇਖੋ ਇਹ ਠੀਕ ਹੈ ਵੀ ਜਦੋਂ ਅਸੀਂ ਬੇਬਸ ਮਹਿਸੂਸ ਕਰਦੇ ਐਸੇ ਹਾਲਾਤ ਕੱਲ ਮੇਰੀ ਕੈਲੀਫੋਰਨੀਆ ਵੀ ਇੱਕ ਬੜੇ ਸੁਲਝੇ ਹੋਏ ਸੱਜਣ ਜਿਨ੍ਹਾਂ ਦਾ ਬੜਾ ਯੋਗਦਾਨ ਹੈ ਸੰਘਰਸ਼ਤਾ ਵਿੱਚ ਵੀ ਅੱਜ ਵੀ ਐਕਟਿਵ ਨੇ ਜੀ ਸੋ ਰਾਤ ਮਿਡਨਾਈਟ ਤੋਂ ਬਾਅਦ ਉਹਨਾਂ ਦੀ ਕਾਲ ਆਈ ਤੇ ਉਹ ਬੜੇ ਪਰੇਸ਼ਾਨ ਸੀ ਹਾਲਾਂ ਉਹਨਾਂ ਦੀ ਇੱਕ ਬੜੀ ਬੈਲੈਂਸਡ ਅਪਰੋਚ ਹੈ ਹਰ ਇਸ਼ੂ ਦੇ ਉੱਤੇ ਤੇ ਉਹ ਮੈਨੂੰ ਕਹਿਣ ਲੱਗੇ ਕਿ ਵੀ ਇਹ ਹੁਣ ਇਹਨੂੰ ਬਾਦਲ ਤੇ ਕੋਈ ਰੱਬ ਦੀ ਮਾਰ ਹੀ ਪਵੇ ਤੇ ਹੋਏ ਨਹੀਂ ਤਾਂ ਇਹ ਬਹੁਤ ਨੁਕਸਾਨ ਕਰਨ ਜਾ ਰਹੇ ਜੀ ਜੋ ਇਹਨੇ ਮੋਰਚੇ ਦੇ ਨਾਂ ਥੱਲੇ ਜਾਂ ਜੋ ਕੁਝ ਹਰਿਆਣੇ ਚ ਜਾਂ ਜਿਵੇਂ ਇਹ ਬੜੀ ਖਤਰਨਾਕ ਖੇਡ ਖੇਡ ਰਿਹਾ ਹੈ ਬਲੱਡ ਬਾਤ ਕਰਾਏਗਾ ਸਖਾਂ ਦਾ ਔਰ ਉਹਨਾਂ ਚ ਨਰਾਸਤਾ ਸੀ ਜੀ ਸੋ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਜਿਹੜਾ ਕਿ ਮੈਂ ਵੀਰ ਅਮਨਜੀਤ ਸਿੰਘ ਨੂੰ ਕਹਿਣਾ ਚਾਹੁੰਦਾ ਕਿ ਵੀ ਬਹੁਤ ਵਾਰ ਜਿਸ ਚੋਂ ਅਸੀਂ ਵਰਤਮਾਨ ਚ ਗੁਜ਼ਰ ਰਹੇ ਹੁੰਦੇ ਆ ਉਹ ਸਾਨੂੰ ਲੱਗਦਾ ਹੁੰਦਾ ਕਿ ਇਸ ਤੋਂ ਬੱਦਤਰ ਹਾਲਤ ਪਹਿਲਾਂ ਕਦੇ ਨਹੀਂ ਹੋਈ ਜੀ ਔਰ ਵੈਸੇ ਜੇ ਅਸੀਂ ਕਾਮਨ ਹਿਊਮਨ ਨੇਚਰ ਦੀ ਵੀ ਗੱਲ ਕਰੀਏ ਤੇ ਹਰ ਸਾਲ ਜਦੋਂ ਗਰਮੀ ਪੈਂਦੀ ਹੈ ਪੰਜਾਬ ਚ ਵੀ ਖਾਸ ਕਰਕੇ ਤੇ ਹਰ ਵਾਰੀ ਅਸੀਂ ਇਹੀ ਇੱਕ ਦੂਸਰਿਆਂ ਨੂੰ ਕਹਿੰਦੇ ਹੁੰਦੇ ਸੀ ਜੀ ਐਤਕੀ ਜਿੰਨੀ ਗਰਮੀ ਪਈ ਨਾ ਇੰਨੀ ਕਦੇ ਨਹੀਂ ਪਈ ਉਦੋਂ ਅਜੇ ਟੈਲੀਵਿਜ਼ਨ ਰੇਡੀਓ ਤਾਂ ਨਹੀਂ ਸੀ ਵੀ ਰਿਕਾਰਡ ਟੁੱਟਿਆ ਜੀ 50 ਸਾਲ ਦਾ ਟੁੱਟਿਆ ਜਾਂ 30 ਦਾ ਇੰਨਾ ਪ੍ਰਚਾਰ ਨਹੀਂ ਸੀ ਜੀ ਹੁਣ ਇਹਦੇ ਚ ਵੀ ਇਹ ਇਹਦਾ ਇੱਕ ਰੀਜ਼ਨ ਹੁੰਦਾ ਹੈ ਕਿ ਜਦੋਂ ਉਸ ਵਕਤ ਗੁਜ਼ਰ ਜਾਂਦਾ ਹੈ ਤੇ ਤੁਹਾਨੂੰ ਭੁੱਲ ਜਾਂਦਾ ਹੈ ਜੀ ਜੀ ਲੇਕਿਨ ਜਦੋਂ ਨਵਾਂ ਆਂਦਾ ਉਹ ਤੁਹਾਨੂੰ ਫਿਰਸਤਾਨ ਦਾ ਹੈ ਫਿਰ ਤੁਹਾਨੂੰ ਲੱਗਦਾ ਵੀ ਇਹ ਉਹ ਜਿਹੜਾ ਚੈਲੰਜ ਤੁਹਾਨੂੰ ਕਦੇ ਦਰਪੇਸ਼ ਨਹੀਂ ਆਇਆ ਜੀ ਜੀ ਬਿਲਕੁਲ ਸੋ ਮੈਂ ਜਿਹੜੀ ਹੈ ਹੋਪ ਤੋਂ ਸ਼ੁਰੂ ਕਰਾਂ ਆਸ ਤੋਂ ਸ਼ੁਰੂ ਕਰਾਂ ਕਿ ਜਿਉਂ ਜੀ ਸਥਿਤੀ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਭਾਰਤ ਦੇ ਨਕਸ਼ੇ 'ਚ ਅਸੀਂ ਕਾਫੀ ਹੱਦ ਤੱਕ بڑے ਸ਼ਾਤਰ ਦੁਸ਼ਮਣ ਦੇ ਪੰਜੇ ਵਿੱਚ ਫਸੇ ਹੋਏ ਹਾਂ ਉਸ ਦੇ ਹਥਿਆਰਾਂ ਦੀ ਮਾਰ ਥੱਲੇ ਆਂ ਕਈ ਵਾਰ ਉਸ 'ਚੋ ਬੇਵਸੀ ਵੀ ਨਜ਼ਰ ਆਂਦੀ ਹੈ ਜੀ ਪਰ ਜੇ ਅਸੀਂ ਆਪਣੇ ਬੀਤੇ ਇਤਿਹਾਸ ਨੂੰ ਦੇਖੀਏ ਤੇ ਅਸੀਂ ਬਹੁਤ ਵਰਸਟ ਦੌਰ ਚੋਂ ਇਤਿਹਾਸ ਦੇ ਲੰਘੇ ਬਹੁਤ ਵਰਸਟ ਦੌਰ ਜਿੱਥੇ ਜਿਹਨੂੰ ਕਹਿੰਦੇ ਨੇ ਕਿ ਵੀ ਤੁਹਾਡੀ ਹੋਂਦ ਹੀ ਮਿਟ ਜਾਣ ਵਾਲੀ ਸਥਿਤੀ ਆਂਦੇ ਰਹੀ ਜਦੋਂ ਅਸੀਂ ਕੱਲੂਕਾਰੇ ਕਹਿੰਦੇ ਆਂ ਬੀਤੇ ਦੇ ਜਾਂ ਵੇੜੇ ਦੀਆਂ ਉਸ ਖਿੱਤੇ ਦੀਆਂ ਦੋ ਪਾਵਰਫੁਲ ਹਕੂਮਤਾਂ ਮੋਗਲ ਔਰ ਅਫਗਾਨ ਤਾੜਵੀ ਉਹਨਾਂ ਨੇ ਪ੍ਰੋਕਲੇਮੇਸ਼ਨਸ ਕੀਤੀਆਂ ਹੋਣ ਕਿ ਇਹਨਾਂ ਦਾ ਮਟਾ ਦਿਓ ਨਾਮੋ ਨਿਸ਼ਾਨ ਮਟਾ ਦਿਓ ਜੀ ਜਿਹੜੇ 4000 ਸਾਲ ਦੇ ਰਿਗਵੇਦ ਦੇ ਨਾਲ ਸ਼ੁਰੂ ਹੋਏ ਬ੍ਰਾਹਮਣਵਾਦ 'ਚ ਯਕੀਨ ਰੱਖਣ ਵਾਲੇ ਰਾਜੇ ਬਾਈਤਾਰ ਦੇ ਪਹਾੜੀ ਰਾਜੇ ਉਹਨਾਂ ਦੇ ਪੈਰੋਕਾਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਵੈਰ ਪਏ ਕਿ ਅਸੀਂ ਇਸ ਵਿਚਾਰਧਾਰਾ ਨੂੰ ਜਾਂ ਜ਼ਜ਼ਬ ਕਰ ਲੈਣਾ ਹੈ ਜਾਂ ਐਲੀਮੀਨੇਟ ਕਰ ਦੇਣਾ ਹੈ ਜੀ ਅਸੀਂ ਉਹਨਾਂ ਦੇ ਨਾਲ ਵੀ ਸਾਈਮਲਟੇਨियसਲੀ ਜੂਝ ਰਹੇ ਸੀ ਤੁਸੀਂ ਨੰਬਰ ਦੇਖੋ ਸਾਡਾ ਥੋੜਾ ਸੀ ਬਹੁਤ ਸਾਧਨ ਬਹੁਤ ਘੱਟ ਸੀ ਸੋ ਉਹਨਾਂ ਹਾਲਾਤਾਂ ਦੇ ਸਾਹਮਣੇ ਵੀ ਸਿੱਖ ਸਰਵਾਈਵ ਕੀਤੇ ਖੋਟ ਛੜ ਗਿਆ ਕੁੰਦਨ ਰਹਿ ਗਿਆ ਜੀ ਇਹੀ ਸੀ ਕਿ ਸਿੱਖ ਸਰੀਰ ਨੂੰ ਖੋਟਾ ਸਮਝਦੇ ਸੀ ਕਿ ਵੀ ਇਹ ਤਾਂ ਜਾਣ ਵਾਲਾ ਹੀ ਹੈ ਇਹ ਖੋਟ ਛੜ ਜਾਣਾ ਗੁਰੂ ਦਾ ਪਿਆਰ ਮੜੇ ਇਸ ਤੋਂ ਵੱਡਾ ਕੀ ਹੈ ਕੁੰਦਨ ਸਿਧਾਂਤ ਹੈ ਕਿ ਉਸ ਚੋਂ ਸਾਡਾ ਸਿਧਾਂਤ ਸਰਵਾਈਵ ਕਰਦਾ ਰਿਹਾ ਅਸੀਂ ਉਸ ਚੋਂ ਨਿਕਲਦੇ ਰਹੇ ਜੀ ਸੋ ਅੱਜ ਜਿਵੇਂ ਇਹਨਾਂ ਨੇ ਵੀਰ ਬਿਟਾ ਅਮਨਜੀਤ ਸਿੰਘ ਨੇ ਮੈਂਸ਼ਨ ਕੀਤਾ ਕਿ ਅਕਾਲ ਤਖਤ ਸਾਹਿਬ ਔਰ ਐਸਟੀਪੀਸੀ ਵਿੱਕ ਗਏ ਦੇ ਸਿੱਖ ਜਿਹੜੇ ਨੇ ਕੁੱਤਿਆਂ ਵਾਂਗ ਲੜ ਰਹੇ ਨੇ ਅਮਰੀਕਾ ਇੰਗਲੈਂਡ ਵਾਲਿਆਂ ਨੂੰ ਵੀ ਉਹਨਾਂ ਨੇ ਰਗੜਾ ਦਿੱਤਾ ਹੈ ਗੱਲਾਂ ਉੱਥੇ ਬਹਿ ਕੇ ਬਹੁਤ ਮਾਰਦੇ ਨੇ ਇਹ ਵੀ ਗੁਰਦੁਆਰਿਆਂ 'ਚ ਸਭ ਤੋਂ ਜ਼ਿਆਦਾ ਝਗੜੇ ਨੇ ਜੀ ਤੇ ਸਾਡਾ ਕੀ ਬਣੇਗਾ ਗੱਲ ਤਾਂ ਇਸ ਦਰਦ 'ਚੋਂ ਪੈਦਾ ਹੁੰਦਾ ਹੈ ਦੇਖੋ ਮੈਂ ਬਹੁਤ ਵਾਰੀ ਸਮਝਦਾ ਹਾਂ ਵੀ ਜੇ ਤੁਹਾਡਾ ਬਿਜ਼ਨਸ ਚੱਲ ਰਿਹਾ ਹੈ ਤੁਸੀਂ ਕਿਸੇ ਨੂੰ ਮੈਨੇਜਰ ਰੱਖਦੇ ਹੋ ਬਿਜ਼ਨਸ ਤੁਹਾਡਾ ਚੰਗਾ ਚੱਲਦਾ ਉਹ ਵੀ ਚਲਾਈ ਜਾਂਦਾ ਉਹਦੀ ਕੀ ਕਾਮਯਾਬੀ ਹੈ ਜੀ ਪਰ ਜੇ ਤੁਹਾਡਾ ਬਿਜ਼ਨਸ ਡਿਊ ਟੂ ਮੈਨੇਜਮੈਂਟ ਫੇਲ ਹੋਇਆ ਹੈ ਸਿਕ ਯੂਨਿਟ ਹੈ ਜਿਵੇਂ ਅਮਰੀਕਾ ਜਿਹਨੂੰ ਕਹਿੰਦੇ ਨੇ ਬਿਲਕੁਲ ਬੰਦ ਪਿਆ ਹੈ ਉਜਾੜ ਪਿਆ ਹੈ ਬੈਂਕਰਪਟਸੀ ਕਰਕੇ ਬੰਦਾ ਚਲਾ ਗਿਆ ਤੁਹਾਡੇ ਕੋਲ ਉਹਦਾ ਚਾਰਜ ਆਂਦਾ ਹੈ ਤੁਸੀਂ ਉਹਨੂੰ ਕਿਵੇਂ ਕਾਮਯਾਬ ਕਰਦੇ ਹੋ ਕਿਵੇਂ ਤੁਸੀਂ ਉਹਦੀ ਸੇਲ ਵਧਾਉਂਦੇ ਹੋ ਕਿਵੇਂ ਤੁਸੀਂ ਕਸਟਮਰ ਲਿਆਉਂਦੇ ਹੋ ਕਿਵੇਂ ਤੁਸੀਂ ਨਵੀਆਂ ਸਕੀਮਾਂ ਦਿੰਦੇ ਹੋ ਜੀ ਸੋ ਮੈਨੇਜਮੈਂਟਲ ਸਕਿਲਸ ਤਾਂ ਇਹੀ ਹੁੰਦੀਆਂ ਨੇ ਤੁਹਾਡੀਆਂ ਕਿ ਤੁਸੀਂ ਉਹਨਾਂ ਨੂੰ ਕਿਵੇਂ ਕਰਦੇ ਹੋ ਤੁਜਵੇਂ ਇਹਨਾਂ ਨੇ ਕਿਹਾ ਕਿ ਮੰਨ ਲਓ ਔਰ ਹਕੀਕਤਨ ਬਹੁਤ ਸਾਰੀਆਂ ਇਹ ਗੱਲਾਂ ਠੀਕ ਨੇ ਕਿ ਸਿਸਟਮ ਵਿਗੜਿਆ ਹੋਇਆ ਹੈ ਜੇ ਪਹਿਲਾਂ ਹੀ ਚੱਲਦਾ ਹੁੰਦਾ ਸਿਸਟਮ ਅਸੀਂ ਵੀ ਵਿੱਚ ਉਹਦੇ 'ਚ ਧੱਕਾ ਲਾ ਦਿੰਦੇ ਤਾਂ ਸਾਡੀ ਫਿਰ ਕਾਦੀ ਖੂਬੀ ਸੀ ਜਾਂ ਸਾਡਾ ਕਾਹਦਾ ਜਲਵਾ ਸੀ ਜੀ ਸੋ ਮੈਂ ਸਮਝਦਾ ਹਾਂ ਵੀ ਇਹ ਸਾਡੀ ਜਨਰੇਸ਼ਨ ਦੇ ਹਿੱਸੇ ਆਇਆ ਹੈ ਜਾਂ ਤੁਹਾਡੀ ਜਨਰੇਸ਼ਨ ਦੇ ਅਗੋਂ ਖਾਸ ਤੌਰ ਤੇ ਕਿ ਅਸੀਂ ਤੁਹਾਨੂੰ ਬਹੁਤ ਕੁਝ ਬਿਮਾਰ ਦਿੰਦਾ ਹੈ ਕੁਝ ਨਰਵਾ ਵੀ ਦਿੰਦਾ ਹੈ ਯਾਦਾਂ ਨਰੋਈਆਂ ਨੇ ਇਟ ਰਿਸਿਸਟ ਕਰਨ ਦੀ ਗੱਲ ਹੈ ਛਾਤੀ ਤਾਣ ਕੇ ਖਲੋਣ ਦੀ ਗੱਲ ਹੈ ਪਿੰਡਰਾਵਾਲਿਆਂ ਦੀ ਲੇਗੇਸੀ ਹੈ ਤੁਹਾਡੇ ਕੋਲ ਸੋ ਉਹਦੇ ਚੋਂ ਆਪਣੀਆਂ ਸਟਰੈਂਥਸ ਦੇਖੋ ਉਹਦੇ ਚੋਂ ਆਪਣੀਆਂ ਤਾਕਤਾਂ ਦੇਖੋ ਦੁਸ਼ਮਣ ਵੀ ਕਾਫੀ ਹੱਦ ਤੱਕ ਐਕਸਪੋਜ਼ ਹੋਇਆ ਜਿਹੜਾ 5 ਸਦੀਆਂ ਤੋਂ ਲੁਕਿਆ ਹੋਇਆ ਸੀ ਕੈਮੋਫਲੇਜ ਸੀ ਬਾਹਰ ਆ ਗਿਆ 5 ਸਦੀਆਂ ਦਾ ਵੈਰ ਕਮਾਇਆ ਸਾਹਮਣੇ ਜੀ ਦੁਸ਼ਮਣ ਆਈਡੈਂਟੀਫਾਈਡ ਹੈ ਲੇਗੇਸੀ ਤੁਹਾਡੇ ਕੋਲ ਹੈ ਇਸ ਲੇਗੇਸੀ ਖਾਲਸਤਾਨ ਕੌਜ਼ ਦੇ ਸ਼ਹੀਦ ਤੁਹਾਡੇ ਕੋਲ ਨੇ ਇੱਕ ਪਾਵਰਫੁੱਲ ਡਾਇਸਪੋਰਾ ਸੇ ਕਮਿਊਨਿਟੀ ਝਗੜੇ ਹਿੱਸਾ ਹੁੰਦਾ ਹੈ ਇਹ ਕਈ ਵਾਰ ਲੋੜ ਤੋਂ ਜ਼ਿਆਦਾ ਇੰਟਰਫੀਅਰੈਂਸ ਹੈ ਗਵਰਨਮੈਂਟ এজੰਸੀਆਂ ਦੀ ਇੱਥੇ ਕਿਹੜਾ ਗੁਰਦੁਆਰਾ ਹੈ ਬਾਹਰਲੇ ਮੁਲਕਾਂ ਜਿਹੜਾ ਇੰਡੀਅਨ ਇੰਟੈਲੀਜੈਂਸ ਦੀ ਮਾਰ ਤੋਂ ਬਚਿਆ ਹੋਇਆ ਹੈ ਉਹਨਾਂ ਦੀ ਕੋਈ ਉਹ ਸਰਵੇਲੈਂਸ ਨਹੀਂ ਕਰਦੇ ਕੋਈ ਉਹਨਾਂ ਨੇ ਬਲਕਿ ਨਾਲ ਉਹਨਾਂ ਨੇ ਆਪਣੇ ਬੰਦੇ ਫਿਟ ਕੀਤੇ ਹੋਏ ਨੇ ਸੋ ਇਹ ਕੋ ਬਹੁਤ ਵੱਡਾ ਇਸ ਨੂੰ ਨਹੀਂ ਲੈਣਾ ਚਾਹੀਦਾ ਰਾਦਰ ਇਸ ਤੋਂ ਉਲਟ ਮੈਂ ਸਮਝਦਾ ਹਾਂ ਵੀ ਅਸੀਂ 84% ਜਿਹੜਾ ਤੋਂ ਬਾਅਦ ਦਾ ਫੇਸ ਉਹ ਰੋਮਾਂਟਿਕ ਫੇਸ ਸੀ ਮੂਵਮੈਂਟ ਦੇ ਨਾਲ ਖਾਲਸਤਾਨ ਵਰਡ ਵਿਕਦਾ ਸੀ ਪਿਆਰ ਸੀ ਨਾਰੇ ਵੱਜਦੇ ਸੀ ਰੋਮਾਂਸ ਦੀ ਉਮਰ ਵੱਡੀ ਨਹੀਂ ਹੁੰਦੀ ਰੋਮਾਂਸ ਆਂਦਾ ਤੇ ਚਲੇ ਜਾਂਦਾ ਜੀ ਹੁਣ ਜਿਹੜਾ ਫੇਸ ਮੂਵਮੈਂਟ ਦਾ ਇਹ ਰੀਅਲਿਸਟਿਕ ਫੇਸ ਹੈ ਇਹ ਜਿਹੜੇ ਹੁਣ ਤੁਰੇ ਨੇ ਖਲੋਤੇ ਨੇ ਉਹ ਵਿਦ ਕਨਵਿਕਸ਼ਨ ਨੇ ਜੀ ਸੋ ਮੈਂ ਸਮਝਦਾ ਹਾਂ ਵੀ ਅਸੀਂ ਤੁਹਾਨੂੰ ਇੱਕ ਫੇਸ ਤੋਂ ਅਗਲਾ ਫੇਸ ਦਿੱਤਾ ਰੀਅਲਿਸਟਿਕ ਫੇਸ ਔਰ ਬਹੁਤਿਆਂ ਦੀ ਲੋੜ ਵੀ ਨਹੀਂ ਹੁੰਦੀ ਬਹੁਤ ਸਾਰੀ ਮੈਜੋਰਟੀ ਅਸਰ ਕਬੂਲ ਦੀ ਜਿਸ ਕਿਸਮ ਦਾ ਤੁਸੀਂ ਆਲੇ-ਦੁਆੜੇ ਚ ਅਸਰ ਦਿੰਨੇ ਹੋ ਬਾਕੀ ਉਹਨਾਂ ਨੇ ਕਿਹਾ ਹੈ ਕਿ ਵੀ ਜਿਵੇਂ ਬਾਦਲ ਆਪਣੇ ਮੁੰਡੇ ਨੂੰ ਮੁੰਡਾ ਤਾਂ ਅੱਜ ਵੀ ਨਾ ਵੀ ਇਹ ਡਰਾਮਾ ਕਰਦਾ ਬਾਦਲ ਦੇ ਮੁੰਡੇ ਨੂੰ ਬਣਾ ਦੇ ਤਾਂ ਉਹਨੂੰ ਕੌਣ ਰੋਕਣ ਵਾਲਾ ਜੀ ਸੋ ਉਹ ਤਾਂ ਪਹਿਲਾਂ ਹੀ ਜਦੋਂ ਉਹਨੇ ਹਰ ਇੱਕ ਦੇ ਖੰਭ ਕੁੱਤਰੇ ਅਕਾਲੀ ਦਲ ਦਾ ਏਜੰਡਾ ਡਿਸਟਰੋਏ ਕੀਤਾ ਪੰਜਾਬੀ ਪਾਰਟੀ ਬਣਾਇਆ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਮੋਗਾ ਕਨਵੈਨਸ਼ਨ ਪਿਛਲੇ ਕੱਲ ਹੀ ਜਿਹੜਾ ਉਹਨਾਂ ਨੇ ਇਹ ਸਾਰਿਆਂ ਨੂੰ ਪੰਜਾਬੀ ਪਾਰਟੀ ਬਣਾਇਆ ਸੀ 20 ਸਾਲ ਪਹਿਲੇ ਸੋ ਉਹ ਲਗਾਤਾਰਤਾ ਦੇ ਨਾਲ ਹੀ ਚੱਲ ਰਿਹਾ ਹੈ ਔਰ ਫਿਰ ਉਹਨਾਂ ਨੇ ਅਖੀਰ ਦੇ ਵਿੱਚ ਇਸ ਜਿਹੜੀ ਗਲੋਬਲੀ ਹੋ ਰਿਹਾ ਕਿਉਂਕਿ ਇਸ ਜਿਹੜੇ ਉਹਨਾਂ ਦਾ ਮਨ ਜਿਹੜਾ ਉਹ ਦਰਦ ਨਾਲ ਭਰਿਆ ਹੋਇਆ ਹੈ ਪਹਿਲਾਂ ਤਾਂ ਆਪਣੀ ਕੌਮ ਦੀ ਪੀੜ ਦਰਦ ਮਹਿਸੂਸ ਕੀਤਾ ਉਹਨਾਂ ਨੇ ਫਿਰ ਉਹ ਇਨਸਾਨੀਅਤ ਦੀ ਪੀੜ ਨੂੰ ਮਹਿਸੂਸ ਕਰਦੇ ਨੇ ਫਰਸਤੀਨ ਚ ਕੀ ਹੋ ਰਿਹਾ ਗਾਜ਼ਾ ਦੇ ਵਿੱਚ ਕਿਵੇਂ ਇਨੋਸੈਂਟ ਬੱਚੇ ਮਾਰੇ ਜਾ ਰਹੇ ਨੇ ਔਰਤਾਂ ਮਾਰੀਆਂ ਜਾ ਰਹੀਆਂ ਹਾਦਸੇ ਉਹਨਾਂ ਨੇ ਤਾਂ ਮਲੇਸ਼ੀਆਨ 에ਅਰਲਾਈਨ ਦਾ ਇੱਕ ਜਿਹੜਾ ਯੂਕਰੇਨ ਦੇ ਵਿੱਚ ਡਿੱਗਿਆ ਸ਼ਾਇਦ ਉਹਦਾ ਜ਼ਿਕਰ ਕੀਤਾ ਹੋਏ ਤੇ ਉਸ ਤੋਂ ਪਹਿਲਾਂ ਦਾ ਕੀਤਾ ਹੋਈ इवन ਅੱਜ ਵੀ ਜੀ ਇੱਕ ਜਿਹੜਾ ਅਲਜੀਰੀਆ ਦਾ ਜਹਾਜ਼ ਹੈ ਉਹ ਵੀ ਹਾਦਸਾ ਗ੍ਰਸਤ ਹੋਇਆ ਔਰ ਅਫਸੋਸ ਹੈ ਇਸ ਗੱਲ ਦਾ ਅਸੀਂ ਜਿਹੜੇ ਆ ਕੁਝ ਸ਼ਬਦ ਅਫਸੋਸ ਤੇ ਹੀ ਕਹਿ ਸਕਦੇ ਹਾਂ ਬਾਕੀ ਜਿਹੜਾ ਇਨੋਸੈਂਟਲੀ ਹਾ ਦਾ ਨਾਰਾ ਨਾ ਮਾਰਨਾ ਮੈਂ ਸਮਝਦਾ ਜਿਹੜਾ ਤੁਸੀਂ ਲਿਖ ਰਹੇ ਹੋ ਜੀ ਇਹੀ ਹਾ ਦਾ ਨਾਰਾ ਹੈ ਬਾਕੀ ਅਸੀਂ ਵਿਦਆਊਟ ਹੋਮ ਹੈ ਬਿਨਾ ਬੇਕਰੀ ਕòm ਪਰ ਫਿਰ ਵੀ ਜਿਵੇਂ ਸਾਡੇ ਜਿਹੜੇ ਨੇ ਹੈਡਲਾਈਨ న్యూਸ ਪੜ੍ਹਦੇ ਨੇ ਵੀ ਉਹ ਦੱਸ ਰਹੇ ਸੀ ਕਿ ਕੱਲ ਇੱਥੇ ਫਲਸਤੀਨੀਆ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੈ ਤਾਂ ਉਹਨਾਂ ਦਾ ਕਜ਼ਨ ਵੀ ਜਾ ਰਿਹਾ ਹੈ ਕਹਿੰਦੇ ਮੈਨੂੰ ਵਕਤ ਮਿਲਿਆ ਮੈਂ ਵੀ ਜਾਵਾਂਗਾ ਸੋ ਸਿੱਖ ਪਾਰਟਿਸਿਪੇਟ ਵੀ ਕਰ ਰਹੇ ਨੇ ਅਸੀਂ ਵੀ ਕਾਲੇ ਦੇ ਦੇ ਉੱਤੇ ਪ੍ਰੋਗਰਾਮ ਕੀਤਾ ਸੀ ਜੀ ਔਰ ਉਸ ਤੋਂ ਪਹਿਲਾਂ ਵੀ ਅਸੀਂ ਹਮੇਸ਼ਾ ਹੀ ਹਾਜ਼ਰ ਆਦਰ ਇਕਵੀਰ ਨੇ ਕੱਲ ਜਦੋਂ ਅਸੀਂ ਰਿਸਪੌਂਡ ਕੀਤਾ ਕੱਲ ਵਾਲੀ ਮੈਨੂੰ ਤਾਂ ਇਹਦੇ ਤੇ ਹੀ ਸੀ ਕਿ ਜੀ ਤੁਸੀਂ ਫਲਸਤੀਨੀਆ ਦੇ ਲਈ ਕਿਉਂ ਗੱਲ ਕਰ ਰਹੇ ਹੋ ਸੋ ਅਸੀਂ ਹਮੇਸ਼ਾ ਹੀ ਜਿੱਥੇ ਵੀ ਔਰ ਇਹ ਸਿੱਖ ਹੋਣ ਦਾ ਮਤਲਬ ਹੀ ਇਹ ਹੈ ਕਿ ਵੀ ਅਸੀਂ ਜਿੱਥੇ ਬੇਗੁਨਾਹ ਔਰ ਇੱਕ ਗੱਲ ਜਦੋਂ ਅਸੀਂ ਵਰਲਡਲੀ ਗਲੋਬਲ ਲੈਵਲ ਤੇ ਦੇਖਦੇ ਹਾਂ ਇਹ ਸਾਡੇ ਜ਼ਿੰਮੇ ਹੈ ਗੁਰੂ ਨੇ ਜਿਹੜਾ ਸੱਚ ਹੱਕ ਇਨਸਾਫ ਦੀ ਗੱਲ ਦੂਸਰਿਆਂ ਦੇ ਹੱਕਾਂ ਦੀ ਗੱਲ ਆਪਣੇ ਹੱਕ ਤਾਂ ਅਸੀਂ ਲੈਣੇ ਨੇ ਔਰ ਜਿਵੇਂ ਸੰਤ ਪੰਡਾ ਵਾਲੇ ਕਹਿੰਦੇ ਸੀ ਕਿ ਵੀ 47 ਤੇ ਅਸੀਂ ਟੋਪੀ ਆਜ਼ਾਦ ਕਰਵਾਈ ਹੈ ਜੀ ਹੁਣ ਦਸਤਾਰ ਆਜ਼ਾਦ ਕਰਵਾਉਣੀ ਉਹ ਤਾਂ ਸਾਡਾ ਰਹੇਗਾ لیکن ਅਸੀਂ انٹرنیشنللی ਪੂਰਾ ਉਹਨਾਂ ਜਿਨ੍ਹਾਂ ਦੇ ਲਈ ਕੋਈ ਆਵਾਜ਼ ਨਹੀਂ ਚੁੱਕਦਾ ਅਸੀਂ ਉਹਨਾਂ ਦੇ ਨਾਲ ਵੀ ਖੜੋਂਦੇ ਆ ਅਰਮੀਨੀਅਨ ਜੇਨੋਸਾਈਡ ਦੀ ਗੱਲ ਹੈ ਜੀ ਆ ਲੈ ਇੱਕ ਦੋ ਜਿਹੜੇ ਤੁਰਕਾਂ ਦੇ ਦੋਸਤ ਸੀ ਮੇਰੇ ਪਾਕਿਸਤਾਨੀ ਐਡਮਾਇਰਰ ਉਹਨਾਂ ਨੇ ਕਿਹਾ ਜੀ ਇਹ ਤੁਸੀਂ ਕਹਨ ਉਹਨਾਂ ਦੇ ਅਰਮੀਨੀਅਨਸ ਦੀ ਗੱਲ ਕਰਦੇ ਹੋ ਜਾਂ ਜਾਣਦੇ ਹੋ ਉਹਨਾਂ ਦੇ ਹੈ ਜੀ ਇਹ ਤਾਂ ਮੈਂ ਕਿਹਾ ਜੀ ਗੱਲ ਤਾਂ ਸੱਚੀ ਹੈ ਹੁਣ ਮੈਂ ਕਿਹਾ ਵੀ ਕਿਉਂਕਿ ਸਾਨੂੰ ਪਤਾ ਹੈ ਵੀ ਜੋ ਸਾਡੇ ਨਾਲ ਇੰਡੀਅਨ ਗਵਰਨਮੈਂਟ ਨੇ ਜੇਨੋਸਾਈਡ ਕੀਤਾ ਉਹ ਮੰਨਣ ਨੂੰ ਤਿਆਰ ਨਹੀਂ ਸੋ ਜੋ ਤੁਰਕਾਂ ਨੇ 터ਕੀ ਨੇ ਫਸਟ ਵਰਲਡ ਵਾਰ ਵੇਲੇ ਆਰਮੀਨੀਆ ਨਾਲ ਕੀਤਾ ਉਹ ਅੱਜ ਤੱਕ ਵੀ ਮੰਨਣ ਨੂੰ ਤਿਆਰ ਨਹੀਂ ਜੀ ਤੁਰਕ ਕਬੀ ਅਸੀਂ ਕੀਤਾ ਜੈਨੋਸਾਈਡ ਸੋ ਮੈਂ ਕਹਿੰਦੀ ਚੋਂ ਸਾਨੂੰ ਆਪਣੀ ਕਹਾਣੀ ਨਜ਼ਰ ਆਂਦੀ ਏ ਸੋ ਇਹਨਾਂ ਦਾ ਬੇਟਾ ਅਮਨਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਇਹ ਵੀ ਕਵਾਂਗਾ ਵੀ ਮੈਂ ਉਦਾਸ ਵੀ ਨਾ ਹੋਇਆ ਕਰਨ ਇਸ ਦਰਦ ਨੂੰ ਇਸ ਪੀੜ ਨੂੰ ਕ੍ਰੀਏਟਿਵ ਲਾਈਨ ਦੇ ਵਿੱਚ ਬਦਲਣ ਮੋਰੀਨਾ ਦਾ ਮੋਬ ਮੋ ਤਨਵਤ ਜੀਰਾ ਸੈਸ ਨਾਲ ਨੇ ਬ੍ਰੇਕ ਵੀਰਸ ਤੁਸ ਸਾਡਾ ਇਸ ਤਰ੍ਹਾਂ ਬਣੇ ਲੋ ਮਿਲਦੇ ਆ ਛੋਟੇ ਬ੍ਰੇਕਤ ਬਾਤ